ਜੀ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਤੇ ਅਸੀਂ ਦੋਸਤਾਂ ਦੇ ਬਣਾਣ ਲੱਗੇ ਆਂ ਚੰਨੀਆਂ ਦੀ ਦਾਲ ਤੇ ਦਾਲ ਬਣਾਉਣ ਵਾਸਤੇ ਦਾਲ ਜਿਹੜੀ ਉਹ ਮੈਂ ਪਹਿਲੇ ਗਾਲ ਲਈਏ ਜਿਸ ਤਰ੍ਹਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਰੈਸਪੀ ਦੱਸੀ ਸੀ ਦਾਲ ਜਲਦੀ ਗਾਲਣੇ ਦੀ ਤੇ ਦਾਲ ਉਸੇ ਤਰ੍ਹਾਂ ਹੀ ਮੈਂ ਗਾਲ ਲਈਏ ਤੇ ਨਾਲ ਅਸੀਂ ਰੱਖ ਦਿੱਤਾ ਪਿਆਜ਼ ਲਾਲ ਹੋਣੇ ਵਾਸਤੇ ਪਿਆਜ਼ ਸਾਡਾ ਫਰਾਈ ਹੋ ਜਾਂਦਾ ਨਾ ਤੇ ਅਸੀਂ ਇਹਦੇ ਵਿੱਚ ਜਿਹੜਾ ਨੇ ਛੱਟ ਦਿੰਦੇ ਹਾਂ ਫਿਰ ਅਸੀਂ ਅਦਰਕ ਲੈਸਨ ਦਾ ਪੇਸਟ ਪਿਆਜ਼ ਪਹਿਲੇ ਸਾਤ ਪਿਆਜ਼ ਨੂੰ ਥੋੜਾ ਸਾਰ ਪਹਿਲੇ ਸੀ ਬ੍ਰਾਊਨ ਕਰ ਲਿਆ ਤੇ ਬ੍ਰਾਊਨ ਕਰਕੇ ਅਦਰਕ ਲੈਸਨ ਦਾ ਪੇਸਟ ਛੱਟ ਕੇ ਉਹ ਵੀ 2 ਮਿੰਟ ਅਸੀਂ ਭੁੰਨ ਲਿਆ ਵਿੱਚ ਪਾ ਦਨੇ ਹਲਦੀ ਲਾਲ ਮਿਰਚ ਨਮਕ ਮੇਥੀ ਰਸਿਆ ਨਮਕ ਥੋੜੀ ਥੋੜੀ ਮਿਕਦਾਰ ਨਾਲ ਪਾਣੀ ਲਾ ਕੇ ਤੇ ਇਹਨੋਂ ਸੇ ਭੁੰਨ ਲਵਾਂ ਤੇ ਮਸਾਲੇ ਨੂੰ ਨਮਕ ਵੀ ਸ਼ਾਮਲ ਕਰ ਦਿੱਤਾ ਹੈ ਤੇ ਮੇਰੀ ਵੀਡੀਓ ਜਿੰਨੂੰ ਪਸੰਦ ਆ ਰਹੀ ਏ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਓ ਮਸਾਲੇ ਚ ਇਹਨਾਂ ਸੀ ਥੋੜਾ ਥੋੜਾ ਪਾਣੀ ਸ਼ਾਮਿਲ ਕਰ ਦਿਆ ਜਾਣਾ ਤਾਂ ਕਿ ਸਾਡਾ ਮਸਾਲਾ ਸਹੀ ਭੁਜ ਜਾਏ ਤੇ ਥੱਲੇ ਜਿਹੜਾ ਆਂਡੀ ਦੇ ਨਾਲ ਲੱਗੇ ਨਾ ਮਸਾਲਾ ਸਾਡਾ ਤਕਰੀਬਨ ਫਰਾਈ ਹੋ ਗਿਆ ਤੇ ਹੁਣ ਅਸੀਂ ਵਿੱਚ ਨਾ ਜਿਹੜੀ ਦਾਲ ਗਾਲੀ ਹੈ ਨਾ ਉਹ ਦਾਲ ਨੂੰ ਨਾ ਅਸੀਂ ਇੰਜ ਉਸੇ ਪਾਣੀ ਸੁਮੇਤ ਨਾ ਵਿੱਚ ਪਾ ਦੇਣਾ ਪਤਲੀ ਚ ਤੇ ਬਸ 2 ਮਿੰਟ ਹੋਰ ਇਹਨੂੰ ਪਕਾਉਣਾ ਹੈ ਤੇ ਜਿਹੜਾ ਨਾ ਚੁੱਲ੍ਹਾ ਤੇ ਉਤਾਰ ਲੈਣੀ

ਹਲਕੀ ਆਂਚ ਤੇ ਨਾ ਥੋੜਾ ਜਿਨਾ ਪਾਣੀ ਅਸੀਂ ਹੁਸ਼ਕੀ ਤਰ ਦਾਲ ਆਲਾ ਤੇ ਦਾਲ ਸਾਡੀ ਜਿਹੜੀ ਇਹ ਨੂੰ ਮੁਕੰਮਲ ਰੈਡੀ ਏ ਤੇ ਕਮੈਂਟ ਕਰਕੇ ਦੱਸੋ ਕਿ ਕਿੰਨੂ ਕਿੰਨੂ ਨਾ ਐ ਇਸ ਦਾਲ ਦੀ ਰੈਸিপি ਪਸੰਦ ਆਈ ਏ ਤੇ ਕਮੈਂਟ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ